ਹਾਈ ਬਟਨ ਨੂੰ ਸੱਟ ਮਾਰ ਦੇ ਉੱਪਰ ਉੱਪਰ ਕਾਸੀ ਰੋਣਾ ਨੂੰ ਉੱਪਰ ਕਰ ਸਾਡੇ ਚੋਰੀਆਂ ਕਰਨ ਅੰਦਰ ਮੰਡਲ ਫੋਟੋ ਕੈਮਰੇ ਵੱਲ ਦੇਖ ਮੈਂ ਤੈਨੂੰ ਭੇਜਦਾ ਕਿਸੇ ਨੇ ਕੀ ਆ ਪਿਆ ਦਾ ਉੱਧਰ ਦੇਖ ਉੱਧਰ ਕੈਮਰੇ ਵੱਲ ਬੰਦਾ ਨਹੀਂ ਮਿਲਦਾ ਤੈਨੂੰ ਚੋਰੀ ਕਰਨੇ ਉੱਧਰ ਕੈਮਰੇ ਵੱਲ ਦੇਖ ਪਰ ਮਾਮਾ ਨੇ ਦੇਖੀ ਇਹਨਾਂ ਗੱਲਾਂ ਕਰਕੇ ਨਾਲ ਦੋ ਤਿੰਨ ਗੱਲਾਂ ਕਰਕੇ ਪਹਿਲਾਂ ਮੈਂ ਦਰਬਾਰ ਚੋਰੀ ਕਰਿਆ ਕਿ ਹਾਂ ਕਿਹੜਾ ਦਰਬਾਰ ਮਾੜੀ ਹਾਂ ਹੁਣ ਇੱਥੇ ਕਰਿਆ ਪਹਿਲਾਂ ਇੱਥੇ ਉਹ ਡੰਡਾ ਕੀ ਨਾਮ ਹੈ ਤੇਰਾ ਕਿੰਗਾ ਜੀ ਕਿੰਗਾ ਜੀ ਕਿੰਗਾ ਨਾ ਹੋਈ ਪਿੰਡ ਕਿਹੜਾ ਅਕਾਲਗੜਾ ਜੀ ਅੱਜ ਮੰਦਿਰ ਚ ਕੀ ਕਰਨ ਆਇਆ ਸੀ ਚੋਰੀ ਕਰੀ ਸੀ ਜੀ ਕੀ ਚੋਰੀ ਕੀਤਾ ਪੈਸੇ ਹੀ ਕਰ ਗਏ ਜੀ ਕਿੰਨੇ 10 ਰੁਪਏ ਦੇ ਜੀ 10 ਰੁਪਏ ਹਾਂਜੀ ਹੋਰ ਕਿੱਥੇ ਕਿੱਥੇ ਚੋਰੀ ਕੀਤੀ ਆ ਉਧਰ ਮਾੜੀ ਤੇ ਦੀ ਇੱਕ ਆ ਜੀ ਉੱਥੇ ਕੀ ਚੋਰੀ ਕੀਤਾ ਉੱਤੇ ਵੀ ਪੈਸੇ ਨਹੀਂ ਕੱਢੇ ਤੇ ਡਿੱਕੇ ਨਾਲ ਹੀ ਕਿੰਨੇ 200 ਰੁਪਏ ਦਾ ਜੀ ਅੱਛਾ ਹਾਂਜੀ ਇਹ ਤੋਂ ਪਹਿਲਾਂ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਹੋਰ ਹੀ ਕਿਤੇ ਨਹੀਂ ਕੀਤੀ ਬਸ ਆਹੀ ਕੀਤੀ ਆ ਜੀ ਦੋ ਜਗ੍ਹਾ ਪਹਿਲਾਂ ਕਿੰਨੇ ਕੇਸ ਆ ਤੇਰੇ ਤੇ ਸੱਚੀ ਸੱਚੀ ਕੇਸ ਨਹੀਂ ਕੋਈ ਵੀ ਕੇਸ ਕੋਈ ਨਹੀਂ ਹੈਗੀ ਜੀ ਕਿੱਥੇ ਕਰੀ ਹੈ ਵੀ ਜੀ ਤੁਹਾਨੂੰ ਦੱਸੇ ਦਿੱਤੇ ਤੇ ਤੁਸੀਂ ਕਿਹਾ ਜੀ ਮੈਂ ਤੁਤੀ ਦਾ ਦੱਸਤਾ ਜੀ ਮੈਂ ਇੱਥੇ ਤੇ ਕੀਤੀ ਹੈ ਜੀ ਪਹਿਲੇ ਵੀ ਇੱਥੇ ਕਰੀ ਐ ਸੀ ਰਾਤ ਨੂੰ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਜੇ ਤੁਸੀਂ ਕਹਿ ਰਹੇ ਮੈਨੂੰ ਮੈਂ ਕਹਿ ਰਹਿਣਾ ਤੁਸੀਂ ਕਹਿ ਰਹੇ ਮੈਨੂੰ ਚੋਰੀ ਕਰੀ ਐ ਤੇ ਪਹਿਲੇ ਵੀ ਇੱਥੇ ਆਪਣੀ ਦੱਸ ਨਾ ਪਹਿਲਾਂ ਨਹੀਂ ਜੀ ਪਹਿਲਾਂ ਨਹੀਂ ਜੀ ਇੱਥੇ ਬੈਠ ਕੇ ਕੈਮਰਾ ਤੇ ਨਾ ਘਮਾਏ ਹੋਏ ਆ ਮੈਂ ਨਹੀਂ ਜੀ ਸਾਰੇ ਮੰਦਿਰ ਦਾ ਸਾਰਾ ਪੈਸਾ ਸਾਰੇ ਸ਼ਿਵਰਾਤਰੀ ਦਾ ਜਿੰਨਾ ਵੀ ਚੜਾ ਪਤਾ ਤੇ ਆਈ ਚੋਰੀ ਕਰੇ ਸਾਰਾ ਨਹੀਂ ਜੀ ਉਹ ਨਹੀਂ ਜੀ ਮੈਂ ਕੁਝ ਵੀ ਕੀਤਾ ਜੀ ਮੈਂ ਆ ਡੱਕੇ ਨਾਲ ਕੱਢਿਆ ਜੀ ਉਹ ਨਹੀਂ ਜੀ ਮੈਂ ਕੀਤੇ ਹੈਗੇ ਜੀ ਡੱਕੇ ਨਾਲ ਕੱਢੇ ਨਹੀਂ ਆਂਦੀ ਤੈਨੂੰ ਮੰਦਿਰ 'ਚ ਚੋਰੀ ਕਰਦੇ ਹੋਏ ਨੂੰ ਮੁੰਡਾ ਖੜਾ ਸਾਹਮਣੇ ਤੇਰੇ ਦੱਸਣ ਲੱਗ ਰਿਹਾ ਮਾੜੀ ਚੱਡੀ ਤਨੇ ਆ ਤੂੰ ਦੂਈ ਵਾਰੀ ਚੋਰੀ ਕਰੀ ਤਾ ਉਹਨੇ ਜਿਹੜਾ ਨਸ਼ਾ ਹੈ ਨਾ ਫਿਰ ਪਹਿਲਾਂ ਜਿਹੜੀ ਚੋਰੀ ਹੋਈ ਆ ਉਹ ਵੀ ਇਹਨੇ ਕਰੀ ਆਈ ਨਸ਼ਾ ਕਿਹੜਾ ਮੈਂ ਵੀ ਚੋਰੀ ਇਹਨੇ ਉਹ ਕਰੀ ਆ ਉਹਰੇ ਚੋਰੀ ਨਹੀਂ ਨਸ਼ਾ ਕਿਹੜਾ ਕਰਦਾ ਹਾਂਜੀ ਨਸ਼ੇ ਕਿਹੜੇ ਕਿਹੜੇ ਕਰਦਾ ਗੋਲੀਆਂ ਖਾਂਦਾ ਜੀ ਦੱਸਣਾ ਜੀ ਕਿਹੜੀਆਂ 20 ਰੁਪਏ ਦੀਆਂ ਹੁੰਦੀਆਂ ਜੀ 20 ਰੁਪਏ ਦੀਆਂ ਹੁੰਦੀਆਂ ਹਾਂਜੀ ਕਿਤੇ ਲੈਂਦਾ ਪੁੱਛੋ ਗੋਲੀ ਕਿਤੋਂ ਲੈਣਾ ਗੋਲੀਆਂ ਸਟੋਰ ਤੇ ਜੀ ਕਿਹੜੇ ਤੋਂ ਉਹ ਪੰਜਾਬ ਮੈਡੀਕਲ ਸਟੋਰ ਹੈ ਜੀ ਕਿੱਥੇ ਆ ਉਹ ਮੈਡੀਕਲ ਸਟੋਰ ਅਮਰਿੰਦਰ ਰੋਡ ਤੇ ਜੀ ਕੀ ਨਾਮ ਆ ਦਾ ਪੰਜਾਬ ਮੈਡੀਕਲ ਸਟੋਰ ਕਹਿੰਦੇ ਜੀ ਪੰਜਾਬ ਮੈਡੀਕਲ ਸਟੋਰ ਹਾਂਜੀ ਰੋਟੀ ਨਹੀਂ ਖਵਾਉਂਦੇ ਗੋਲੀ ਦਾ ਨਾਮ ਕੀ ਹੈ ਪੇਟ ਭਰਦਾ ਕਿਹੜੀ ਗੋਲੀ ਆ ਸਪਾਤਮੋਲ ਹੈ ਜੀ ਨਹੀਂ ਮਾਂ ਬਾਪ ਨਹੀਂ ਆ ਕਿਸੇ ਕੀ ਸ਼ਰਮ ਨਹੀਂ ਆ ਰੋਜ਼ ਖਾਣਾ ਗੋਲੀ ਤੇਰੀ ਮਾਂ ਨੇ ਤੈਨੂੰ ਗੋਲੀਆਂ ਖਾਣੀ ਗੋਲੀ ਰੋਜ਼ ਖਾਣਾ ਗੋਲੀ ਖਾਣੀ ਦਾ ਹੀ 2-3 ਦਿਨ ਬਾਅਦ ਖਾਣਾ ਹੁੰਦਾ ਜੀ 2-3 ਬਾਅਦ ਕੰਮ ਕਰ ਲੈ ਕੰਮ ਨਹੀਂ ਕਰਦਾ ਕੰਮ ਬਥੇਰੇ ਆ ਵਿਆਹ ਹੋਇਆ ਹੋਇਆ ਨਹੀਂ ਜੀ ਬਈ ਇਹ ਵਿਚਾਰੇ मतलब बंदे का पता लग जाता है चाल चलन थी कि कैसा है कैसा नहीं है तो इस पर हमने नजर रखी हुई थी कैमरे लगे हुए हमारे तो मैं यहाँ बैठा था अभी मंदिर में करीबन ये 6-6:15 बजे की बात है इसमें तो यहाँ में जन्मपति थे माताएं बैठी थी तो मेरी इस पर नज़र थी मैं कैमरे में देखे जा रहा था कि माता के मंदिर में गया उधर गया फिर एक काली माता के मंदिर दरबार में पहुँचा इसने मत्था टेका मत्था टेकने के बाद चारों पास से मतलब ड्रामा क्या करा मत्था टेकने का चारों पास से देख के फिर ये मंदिर वो गले में से मैं उनको बता भी रहा हूँ माता देखो पैसे निकाल रहा है वो ये पैसे निकाल रहा है डक्के से मैं जल्दी पहुँच गया वहाँ पर इतने में इसने छोड़ दी ये कोशिश तो गला तोड़ने ही कर रहा था जी ये हाँ जी प्रधान जी अज तुसी चोर फड़िया मंदिर दे विच की कहोगे किन्ने क बजे फड़िया चोर ये चोर जी 5:30 बजे यह चोरी कर लग्या जी साढ़े मंदिर च कैमरे लगे वे चारे पासे हाँ जी पंडित जी महाराज के कमरे के बिच ओदी मूह पई है LCD पई है जी इन्हें देखिया भी इदा इदा चोर चोरी कर लग्या इन्हें सानू फोन करत्या ते बक लोग गले दे माता दे काली माता दे मंदिर च चोरी कर रहा था असी फिर भज के आके पहला गेट लाया भी भज ना जाए जब भज के आए फिर लोगों को फोन करे फटाफट काली जी फोन कर सारे फोन करे भी आ जाओ इदा का चोर फड़ लिया पहला ने भी इन्हें 70-75 हज़ार की चोरी करी है पहला भी असी एप्लीकेशन दी है थाने उदी कोई कार्रवाई सानू तो मिली नहीं है अज तक तो इन्हें 2-4 दिन हो गए माड़ी पावी चोरी करी है उदी मूवी बनी हुई है यदि तो हूँ असी घंटा हो गया 6-7 बज गए 1 घंटे बाद पुलिस आई है पुलिस वाली सानू कहिंदे भी तुसी आप लेके आओ रे भी एडा बड़ा जवान मैं हार्ट का मरीज है मैं कितने चक सकता इन्हूं तो हूँ घंटे बाद पुलिस आई है हूँ लेके गई है। हाँ वैसे साड़ी तो मंदिर की कई बार चोरी हो ली कभी कोई सुराख नहीं कोई पैसा नहीं मिले जी अज की चोरी है कोशिश रहेगी नहीं उन्हें डक्के पा के चोरी कड़ ले 10-10 दिन नोट निकल दे जब वो डूंगा हो गया फिर वो जिंदा तोड़न लगे असी एप्लीकेशन देन लगे डक्के निकल नहीं तो रहे फिर उन्हें जिंदे तोड़ कार्रवाई कोशिश करी
इन्हें तो असं सारे कट्ठे होकर आ गए, मंदिर कमेटी दुर्गा जी शक्ति महिला मंडल सारा फिर इकट्ठा हो गया। फिर पुलिस ने सब नूं फोन करिया, फिर सरदार गगनदीप नूं फोन करिया, उन्होंने 5 मिनट के सानू पुलिस भेजती। असीं उन्हां दा धन्नवाद है, पहला सानू घंटा किसी ने आईए नहीं दिती। हाँ जी, धन्यवाद, ठीक है।